ਝੱਗ ਜੀ ਨਿਕਲੀ ਜੀ ਵਿੱਚੋਂ, ਆ ਲਓ ਹਾਂਜੀ, ਇਹਨੂੰ ਹੱਥਾਂ 'ਤੇ ਰੱਬ ਕਰੋ, ਇਹਨੂੰ ਹੱਥਾਂ 'ਤੇ ਰੱਬ ਕਰ ਲਈਏ, ਹੈ ਨਾ, ਇਹਨੂੰ ਰੱਬ ਕਰ ਲਿਆ ਹਾਂਜੀ। ਇਹ ਅਮੈਰੀਕਾ ਕੈਨੇਡਾ ਵਿੱਚ ਇਹ ਚੀਜ਼ਾਂ ਚੱਲਦੀਆਂ ਨੇ, ਇਹਨੂੰ ਕਹਿੰਦੇ ਫੇਸ ਐਂਡ ਬੋਡੀ ਵਾਸ਼। ਅਤੇ ਅਸੀਂ ਅੱਜ ਕੀ ਕਰ ਰਹੇ ਹਾਂ ਜੀ, ਸਾਬਣਾਂ ਨਾਲ ਨਹਾਈ ਜਾ ਰਹੇ ਹੋ। ਸਾਬਣ ਦੇ ਵਿੱਚ ਕਾਸਟਿਕ ਪੈਂਦਾ, ਸੁਣ ਲਓ ਗੱਲ, ਜਦੋਂ ਕਾਸਟਿਕ ਸਾਡੀ ਬੋਡੀ ਨੂੰ ਟੱਚ ਕਰਦਾ, ਚਮੜੀ ਰੋਗ ਪੈਦਾ ਕਰਦਾ, ਹੋਰ ਬਹੁਤ ਕੁਛ ਪੈਦਾ ਕਰਦਾ। ਲੇਕਿਨ ਕੀ ਹੈ, ਸਾਡੇ ਲੋਕ ਦੱਬੀ ਤੁਰੇ ਆਉਂਦੇ ਆ। ਇਹ ਜਿਹੜਾ ਪ੍ਰੋਡਕਟ ਹੈ ਸਾਬਣ ਤੋਂ ਸਸਤਾ ਪਊਗਾ, ਜੇ ਤੁਸੀਂ 10 ਦਿਨ ਨਹਾ ਲਿਆ ਇਹਦੇ ਨਾਲ, ਤੁਸੀਂ ਸਾਬਣ ਜ਼ਿੰਦਗੀ 'ਚ ਨਹੀਂ ਲਾਓਗੇ। ਉਹਦਾ ਕਾਰਨ ਹੈ, ਜਦੋਂ ਆਪਾਂ ਬੋਡੀ ਦੇ ਉੱਤੇ ਇੱਦਾਂ, ਆਹ ਦੇਖੋ, ਆਹ ਮੇਰੇ ਨਾ, ਤੁਹਾਡੇ ਖੁਸ਼ਕੀ ਨਹੀਂ ਹੈਗੀ, ਠੀਕ ਹੈ, ਆਪਾਂ ਕੀ ਕਰਦੇ, ਜਿਹਦੇ ਮਰਜ਼ੀ ਮਾਰੋ ਆਹ ਸਕਰੈਚ ਆਉਣਗੇ, ਆਹ ਮੇਰੇ ਆਉਂਦੇ ਆ, ਤੁਹਾਡੇ ਆਉਂਦੇ ਆ। ਜੇ ਤੁਹਾਨੂੰ ਲੱਗੇ ਵੀ ਯਾਰ ਇੱਦਾਂ ਗਲਤ ਕਰ ਲਿਆ, ਮੈਸੇਜ ਪਾ ਦਿਓ, ਆਪਦਾ ਨਾਂ ਲਿਖ ਦਿਓ, ਜਿੰਨੇ ਦਾ ਇਹ ਹੈਗਾ ਤੁਹਾਡੇ ਪੈਸੇ ਤੁਹਾਡੇ ਪੇਟੀਐਮ ਹੋ ਜਾਣਗੇ। 300 ਦਾ ਪਹਿਲੀ ਵਾਰ ਇਹ ਪ੍ਰੋਡਕਟ ਹੈ, ਨਾਲ ਇਹਦੇ 200 ਰੁਪਏ ਦਾ ਅੱਧਾ ਲੀਟਰ ਰਿਫਲ ਮੁਫਤ ਆ, ਉਹਨੂੰ ਰੱਬ ਕਰ ਲਓ। ਜੇ ਪਾਣੀ ਨਹੀਂ ਵੀ ਮਿਲਿਆ, ਹਾਂ ਪਾਣੀ ਨਹੀਂ ਮਿਲਿਆ ਤੁਹਾਨੂੰ, ਤਾਂ ਵੀ ਨਹੀਂ ਲੋੜ, ਲਓ ਇਹਨੂੰ ਕਰੋ ਰੱਬਾ ਦੇ, ਬਸ ਪਾਣੀ ਨਹੀਂ ਮਿਲਿਆ, ਉੜ ਗਿਆ ਬਸ। ਹਾਂਜੀ ਮਿੱਤਰੋ, ਸਤਿ ਸ਼੍ਰੀ ਅਕਾਲ ਜੀ, ਹੈ ਅਤੇ ਮੇਰੇ ਨਾਲ ਖਾਲਸਾ ਜੀ ਕਿਸਾਨ ਹੱਟ 13-13 ਤੋਂ, ਅਤੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਅੱਜ ਇੱਕ ਅਚੰਬਾ ਦਿਖਾਉਣਾ, ਤੁਸੀਂ ਸਾਬਣਾ ਵਰਤਦਿਆਂ ਨੂੰ ਬਹੁਤ ਸਾਲ ਹੋ ਗਏ, ਤੁਹਾਨੂੰ ਵਰਤੋਗੇ, ਹਾਂਜੀ, ਤੁਸੀਂ ਇਹਦੇ ਕਦੇ ਉੱਤੇ ਪੜ੍ਹਿਆ ਕੀ ਲਿਖਿਆ ਹੁੰਦਾ ਕਦੇ? ਇਹਤੇ ਲਿਖਿਆ, ਤੁਸੀਂ ਮੈਨੂੰ ਦਿਖਾਉਂਦੇ ਸੀ, ਆਹ ਲਿਖਿਆ ਹੋਇਆ ਟੋਇਲਟ ਸੋਪ। ਟੋਇਲਟ ਸੋਪ, ਹਾਂਜੀ, ਪਹਿਲਾਂ ਤੁਸੀਂ ਕਦੇ ਪੜ੍ਹਿਆ ਟੋਇਲਟ ਸੋਪ ਲਿਖਿਆ? ਨਹੀਂ, ਤੁਸੀਂ ਪੜ੍ਹਾਇਆ ਮੈਨੂੰ, ਅੱਜ ਤੱਕ ਤਾਂ ਆਪਾਂ ਇਹੀ ਵਰਤਦੇ, ਇਹੀ ਵਰਤਦੇ ਨੇ, ਹਾਂਜੀ। ਇਹ 99% 99 ਲੋਕ, ਹਾਂਜੀ, ਇਹ 100% ਦੇ ਵਿੱਚੋਂ ਕਿਸੇ ਨੂੰ ਇੱਕ ਨੂੰ ਪਤਾ ਹੋਊ ਵੀ ਇਹ ਟੋਇਲਟ ਸੋਪ ਦਾ ਮਤਲਬ ਕੀ ਹੁੰਦਾ, ਟੋਇਲਟ ਦਾ ਮਤਲਬ ਕੀ ਹੁੰਦਾ ਟੋਇਲਟ, ਹਾਂਜੀ, ਅਤੇ ਸਾਬਣ ਦਾ ਮਤਲਬ ਕੀ ਹੁੰਦਾ ਸੋਪ, ਵੀ ਟੋਇਲਟ ਵਾਲੇ ਹੱਥ ਧੋਣ ਵਾਲੀ ਸਾਬਣ। ਅਤੇ ਅਸੀਂ ਅੱਜ ਕੀ ਕਰ ਰਹੇ ਹਾਂ ਜੀ, ਸਾਬਣਾਂ ਨਾਲ ਨਹਾਈ ਜਾ ਰਹੇ ਹੋ। ਸਾਬਣ ਦੇ ਵਿੱਚ ਕਾਸਟਿਕ ਪੈਂਦਾ, ਸੁਣ ਲਓ ਗੱਲ, ਜਦੋਂ ਕਾਸਟਿਕ ਸਾਡੀ ਬੋਡੀ ਨੂੰ ਟੱਚ ਕਰਦਾ, ਚਮੜੀ ਰੋਗ ਪੈਦਾ ਕਰਦਾ, ਹੋਰ ਬਹੁਤ ਕੁਛ ਪੈਦਾ ਕਰਦਾ। ਲੇਕਿਨ ਕੀ ਹੈ, ਸਾਡੇ ਲੋਕ ਦੱਬੀ ਤੁਰੇ ਆਉਂਦੇ ਆ, ਜਿੰਨੀਆਂ ਮਰਜ਼ੀ ਜਿਹੜੇ ਕਹਿੰਦੇ ਰੰਗ ਗੋਰਾ ਕਰਨ ਦਾ ਇਲਾਜ, ਉੱਥੇ ਵੀ ਟੋਇਲਟ ਸੋਪ ਲਿਖਿਆ ਹੁੰਦਾ, ਜਿਹੜੀ ਮਰਜ਼ੀ ਲੈ ਆਓ। ਅਤੇ ਮੈਂ ਅੱਜ ਤੁਹਾਨੂੰ ਇੱਕ ਛੱਡਤਾ, ਤੁਹਾਨੂੰ ਦੱਸਤਾ ਵੀ ਜਿਹੜੀ ਮਰਜ਼ੀ ਸਾਬਣ ਲਿਆਓ ਟੋਇਲਟ ਸੋਪ ਲਿਖਿਆ ਹੁੰਦਾ। ਆਪਾਂ ਐਗਜ਼ਾਮਪਲ ਦੇਣੀ ਆ, ਆਪਾਂ ਨਾਂ ਨਹੀਂ ਲੈਣਾ ਨਾ, ਜੇ ਨਾਂ ਲੈਦਾ ਤਾਂ ਨਾਂ ਲਵਾਂਗੇ ਨਾ, ਉਹਦਾ ਕਾਰਨ ਸੁਣੋ ਨਾ, ਕੰਪਨੀਆਂ ਬਹੁਤ ਐਸਟੈਬਲਿਸ਼ ਨੇ, ਵੱਡੀਆਂ ਨੇ, ਉਹ ਤੁਹਾਡੇ 'ਤੇ ਵੀ ਕੇਸ ਕਰ ਦੇਣਗੀਆਂ, ਮੇਰੇ 'ਤੇ ਵੀ ਕਰ ਦੇਣਗੀਆਂ। ਆਪਾਂ ਉਹਦਾ ਪ੍ਰੋਡਕਟ ਆਪਾਂ ਦਿਖਾ ਸਕਦੇ ਵੀ ਆਹ ਚੀਜ਼ ਲਿਖੀ ਹੈ, ਲੇਕਿਨ ਕੰਪਨੀ ਦਾ ਬ੍ਰਾਂਡ ਨਹੀਂ। ਫਿਰ ਇਹਦਾ ਅਲਟਰਨੇਟ ਕੀ ਹੈ ਸਾਡੇ ਕੋਲ? ਅਲਟਰਨੇਟ ਮੈਂ ਤੁਹਾਨੂੰ ਦੱਸਦਾ, ਅੱਜ ਅਸੀਂ ਤੁਹਾਨੂੰ ਇੱਕ ਪ੍ਰੋਡਕਟ ਦੇ ਰਹੇ ਹੱਥ ਕਰੋ, ਹਾਂਜੀ, ਓਹੋ ਇਹ ਤਾਂ ਝੱਗ ਜੀ ਨਿਕਲੀ ਜੀ ਵਿੱਚੋਂ, ਆ ਲਓ ਹਾਂਜੀ, ਇਹਨੂੰ ਹੱਥਾਂ 'ਤੇ ਰੱਬ ਕਰੋ, ਇਹਨੂੰ ਹੱਥਾਂ 'ਤੇ ਰੱਬ ਕਰ ਲਈਏ, ਹੈ ਨਾ, ਇਹਨੂੰ ਰੱਬ ਕਰ ਲਿਆ, ਹਾਂਜੀ। ਇਹ ਅਮੈਰੀਕਾ ਕੈਨੇਡਾ ਵਿੱਚ ਇਹ ਚੀਜ਼ਾਂ ਚੱਲਦੀਆਂ ਨੇ, ਇਹਨੂੰ ਕਹਿੰਦੇ ਫੇਸ ਐਂਡ ਬੋਡੀ ਵਾਸ਼। ਫੇਸ ਐਂਡ ਬੋਡੀ ਵਾਸ਼ ਮੈਂ ਦੋਨਾਂ ਦੇ ਕੰਮ ਆਊ, ਇਹ ਦੋਨਾਂ ਦੇ ਕੰਮ ਆਊਗਾ। ਹਾਂਜੀ, ਜੇ ਤੁਸੀਂ ਇਹਦੇ ਨਾਲ 7 ਦਿਨ ਨਹਾ ਲਿਆ, ਸੁਣ ਲਓ ਗੱਲ, ਹਾਂਜੀ, ਸਾਬਣ ਤੋਂ ਸਸਤਾ ਪਊਗਾ। ਅੱਛਾ, ਇਹ ਜਿਹੜਾ ਪ੍ਰੋਡਕਟ ਹੈ ਸਾਬਣ ਤੋਂ ਸਸਤਾ ਪਊਗਾ, ਜੇ ਤੁਸੀਂ 10 ਦਿਨ ਨਹਾ ਲਿਆ ਇਹਦੇ ਨਾਲ, ਹਾਂਜੀ, ਤੁਸੀਂ ਸਾਬਣ ਜ਼ਿੰਦਗੀ 'ਚ ਨਹੀਂ ਲਾਓਗੇ। ਉਹਦਾ ਕਾਰਨ ਹੈ, ਜਦੋਂ ਆਪਾਂ ਬੋਡੀ ਦੇ ਉੱਤੇ ਇੱਦਾਂ, ਆਹ ਦੇਖੋ, ਆਹ ਮੇਰੇ ਨਾ, ਤੁਹਾਡੇ ਖੁਸ਼ਕੀ ਨਹੀਂ ਹੈਗੀ, ਠੀਕ ਹੈ, ਹਾਂਜੀ, ਆਪਾਂ ਕੀ ਕਰਦੇ, ਜਿਹਦੇ ਮਰਜ਼ੀ ਮਾਰੋ ਸਕਰੈਚ ਆਉਣਗੇ, ਆਹ ਮੇਰੇ ਆਉਂਦੇ ਆ, ਤੁਹਾਡੇ ਆਉਂਦੇ ਆ, ਜਿਹਦੇ ਮਰਜ਼ੀ ਮਾਰ ਲਓ ਸਕਰੈਚ। ਹਾਂਜੀ, ਮੈਂ ਇਹਦੇ ਨਾਲ ਤਕਰੀਬਨ ਪਿਛਲੇ ਕਾਫੀ ਸਮੇਂ ਤੋਂ ਨਹਾ ਰਿਹਾ, ਹਾਂਜੀ, ਮਤਲਬ ਇਹ ਪ੍ਰੋਡਕਟ ਨਾਲ, ਹਾਂਜੀ, ਇਹ ਬੋਡੀ ਵਾਸ਼ ਵੀ ਆ, ਇਹ ਤੁਹਾਡਾ ਮੰਨ ਲਓ ਕਰੀਮੀ ਵਾਸ਼ ਵੀ ਆ, ਇਹ ਫੇਸ ਵਾਸ਼ ਵੀ ਆ, ਅਤੇ ਪਲੱਸ ਜੇ ਬਿਮਾਰੀਆਂ ਬੋਡੀ ਦੀਆਂ ਕੋਈ ਵੀ ਖੁਰਖਰਕ ਕਿਸੇ ਵੀ ਚੀਜ਼ ਦੀ, ਇਹ ਸਾਰਾ ਕੁਝ ਠੀਕ ਕਰਦਾ ਇਹ ਪ੍ਰੋਡਕਟ। ਵੀ ਤੁਸੀਂ ਨਹਾਉਂਗੇ 7 ਦਿਨਾਂ ਬਾਅਦ, ਨਹਾਉਣ ਤੋਂ ਬਾਅਦ ਇਹਦੇ ਨਾਲ, ਹਾਂਜੀ, ਜੇ ਤੁਹਾਨੂੰ ਲੱਗੇ ਵੀ ਯਾਰ ਇੱਦਾਂ ਗਲਤ ਕਰ ਲਿਆ, ਮੈਸੇਜ ਪਾ ਦਿਓ, ਆਪਦਾ ਨਾਂ ਲਿਖ ਦਿਓ, ਜਿੰਨੇ ਦਾ ਇਹ ਹੈਗਾ ਤੁਹਾਡੇ ਪੈਸੇ ਤੁਹਾਡੇ ਪੇਟੀਐਮ ਹੋ ਜਾਣਗੇ। ਅਤੇ ਜੇਕਰ ਤੁਹਾਨੂੰ ਲੱਗੇ ਵੀ ਯਾਰ ਪ੍ਰੋਡਕਟ ਨਜ਼ਾਰਾ, 300 ਰੁਪਏ ਦਾ ਸਿਰਫ ਪ੍ਰੋਡਕਟ ਹੈ, ਇਹ 300 ਰੁਪਏ ਦਾ, ਠੀਕ ਹੈ, 300 ਰੁਪਏ ਦਾ ਪ੍ਰੋਡਕਟ ਹੈ, ਪਹਿਲੀ ਵਾਰ ਸੁਣ ਲਓ, ਹਾਂਜੀ, 300 ਦਾ ਪਹਿਲੀ ਵਾਰ ਇਹ ਪ੍ਰੋਡਕਟ ਹੈ, ਨਾਲ ਇਹਦੇ
200 ਰੁਪਏ ਦਾ ਅੱਧਾ ਲੀਟਰ ਰਿਫਲ ਮੁਫਤ ਆ। ਅੱਛਾ ਉਹ ਫ੍ਰੀ ਹੈ ਨਾਲ? ਉਹ ਪਹਿਲੀ ਵਾਰ ਆ ਜਿਹੜਾ ਬੰਦਾ ਪਹਿਲੀ ਵਾਰ ਕਰਦਾ, ਕੋਰੀਅਰ ਦੇ ਖਰਚੇ ਤੁਹਾਨੂੰ ਪੈਣਗੇ ਜਾਂ ਸੌ ਜੋ ਪਿਆ, ਯਾਨੀ ਕਿ ਮੰਨ ਕੇ ਚੱਲੋ ਇਹ 250 ml ਹੈ। ਹਾਂਜੀ ਉਹ ਅੱਧਾ ਲੀਟਰ ਆ, ਅੱਧਾ ਲੀਟਰ ਦੀ ਉਹਦੀ ਕੀਮਤ ਵੀ 300 ਹੈ, ਇਹਦੀ ਕੀਮਤ ਵੀ 300 ਹੈ। ਪਰ ਅਸੀਂ ਪਹਿਲੀ ਵਾਰ ਘਰ ਘਰ ਪਹੁੰਚਾਉਣ ਦੇ ਲਈ ਅਸੀਂ ਉਹ ਰਿਫਲ ਫ੍ਰੀ ਕਰ ਦਿੱਤਾ, ਅਤੇ ਜਦੋਂ ਇਹ ਲੋਕਾਂ ਨੇ ਵਰਤਣਾ ਹੈ ਤਾਂ ਤੁਸੀਂ ਸਿਰਫ 300 ਰੁਪਇਆ ਪਾਉਣਾ, ਤੁਹਾਨੂੰ ਇਹ ਕੋਰੀਅਰ ਹੋ ਜਾਣਾ। ਅਤੇ ਵਰਤਣ ਤੋਂ ਬਾਅਦ ਜੇ ਤੁਸੀਂ ਸਾਬਣਾ ਘਰ ਚੈੱਕ ਕਰਕੇ ਜੇ ਉਦੋਂ ਬਾਅਦ ਸਾਬਣ ਵਰਤ ਲਈ ਤਾਂ ਤੁਸੀਂ ਬਦਲ ਦਿਓ। ਇਹ ਸਾਬਣ ਇੱਦਾਂ ਨਾ ਤੁਸੀਂ ਇਹਨੂੰ ਇੱਕ ਮਿੰਟ ਰੁਕੋ, ਇਹਨੂੰ ਰੱਬ ਕਰ ਲਓ, ਜੇ ਪਾਣੀ ਨਹੀਂ ਵੀ ਮਿਲਿਆ ਤਾਂ ਹਾਂ ਪਾਣੀ ਨਹੀਂ ਮਿਲਿਆ ਤੁਹਾਨੂੰ ਤਾਂ ਵੀ ਨਹੀਂ ਲੋੜ, ਲਓ ਇਹਨੂੰ ਕਰੋ ਰੱਬ ਆਦੇ, ਬਸ ਪਾਣੀ ਨਹੀਂ ਮਿਲਿਆ ਉੜ ਗਿਆ ਬਸ ਪਾਣੀ, ਜੇ ਪਾਣੀ ਨਹੀਂ ਮਿਲਿਆ ਨਾ ਤਾਂ ਵੀ ਤੁਸੀਂ ਦੇਖ ਲਓ। ਔਰ ਤੁਸੀਂ 3 ਦਿਨ ਨਹਾਉਣ ਤੋਂ ਬਾਅਦ ਤੁਹਾਨੂੰ ਇੱਦਾਂ ਫੀਲ ਹੋਊਗਾ ਯਾਰ ਮੈਂ ਹੁਣੇ ਨਾ ਕਿਹਾ। ਅੱਛਾ ਮਤਲਬ ਇੱਦਾਂ ਦੀ ਮਤਲਬ ਯਾਨੀ ਕਿ ਤੁਹਾਡੇ ਮਸਾਮ ਖੋਲੂਗਾ, ਪਲੱਸ ਤੁਹਾਡੀ ਜਿਹੜੀ ਤਵਚਾ ਜਿਹੜੀ ਮਤਲਬ ਜਿਹਨੂੰ ਆਪਾਂ ਕਹਿੰਦੇ ਨਾ ਸਰੀਰ ਦੀ ਬੋਡੀ ਆ ਜਾਂ ਮਤਲਬ ਚਮੜੀ ਆ, ਉਹ ਇੰਨੀ ਕੁ ਨਰਮ ਹੋਜੂਗੀ ਤੁਸੀਂ ਕਹਿੰਦੇ ਯਾਰ ਮੈਂ ਕਰੀਮ ਲਾਈ ਹੈ, ਮੈਂ ਇੰਨੀ ਕੁ ਗੱਲ ਆ ਤੁਹਾਨੂੰ ਉਹ ਵੀ ਮੁੜ ਕੇ ਲਾਉਣ ਦੀ ਲੋੜ ਨਹੀਂ, ਕੁਛ ਨਹੀਂ ਲਾਉਣ ਦੀ ਲੋੜ, ਨਾ ਬੋਡੀ ਲੋਸ਼ਨ, ਨਾ ਕੁਛ। ਇੱਕ ਗੱਲ ਹੋਰ ਹੈ ਮੈਂ ਤੁਹਾਡੇ ਚੈਨਲ ਦੇ ਕਹਿ ਰਿਹਾ, ਹੁਣ ਪੰਜਾਬ ਨਹੀਂ ਪੂਰੇ ਇੰਡੀਆ ਦੇ ਵਿੱਚ ਕਿਸਾਨ ਹੱਟ ਹਰ ਦੁਕਾਨ ਦੇ ਉੱਤੇ ਆਪਦੇ ਪ੍ਰੋਡਕਟ ਭੇਜੂਗੀ। ਅੱਛਾ ਮਤਲਬ ਐਂ ਨਹੀਂ ਕਿ ਤੁਹਾਨੂੰ ਇਕੱਲਾ ਕਿਸਾਨ ਹੱਟ ਤੇ ਜਾ ਕੇ ਸਮਾਨ ਲੈਣਾ ਪਵੇ? ਨਾ ਨਾ ਨਾ, ਹੁਣ ਦੁਕਾਨ ਹਰ ਦੁਕਾਨ ਤੋਂ ਇਹ ਮਿਲਿਆ ਕਰਨਗੇ ਪ੍ਰੋਡਕਟ ਸਾਡੇ। ਹਾਂਜੀ ਹੁਣ ਤਾਂ ਲਾਈਨ ਹੀ ਵੱਡੀ ਖਿੱਚ ਲਈ। ਕਾਰਨ ਉਹਦਾ ਇਹ ਆ ਕਿ ਮੇਰਾ ਇੱਕੋ ਹੀ ਮਕਸਦ ਸੀ ਕਿ ਸਾਡੇ ਆਪਣੇ ਲੋਕ ਬਿਜ਼ਨਸਮੈਨ ਬਣਨ। ਹਾਂਜੀ ਪਰ ਇਹ ਮਤਲਬ ਕਿ ਮਿਸ਼ਨ ਜਿਹੜਾ ਮੇਰਾ ਉਹ ਹਰ ਬੰਦੇ ਵਾਸਤੇ ਆ। ਆ ਜਿਹੜੀਆਂ ਵੀਡੀਓ ਬਣ ਰਹੀਆਂ ਨਾ, ਹੁਣ ਇਹ ਵੀਡੀਓ ਇਹਨਾਂ ਪ੍ਰੋਡਕਟਾਂ ਦੀਆਂ ਸਭ ਚੈਨਲਾਂ 'ਤੇ ਬਣਨਗੀਆਂ, ਔਰ ਮਨੀ ਬੈਕ ਗਰੰਟੀ ਆ। ਜੇ ਅੱਜ ਤੋਂ 3 ਸਾਲ ਪਹਿਲਾਂ ਵੀ ਮਨੀ ਬੈਕ ਗਰੰਟੀ ਦਿੱਤੀ ਸੀ ਨਾ ਤਾਂ ਮੈਂ 1 ਕਰੋੜ ਰੁਪਏ ਦਾ ਮਾਲ ਵਾਪਸ ਲਿਆ, ਐਕਸਪਾਇਰ ਵੀ ਲੋਕਾਂ ਤੋਂ ਵਾਪਸ ਲਿਆ। ਉਹ ਚੱਲਣਾ ਚੱਲਣਾ ਚੱਲਿਆ, ਕੋਈ ਗੱਲ ਨਹੀਂ, ਗੁਰੂ ਨਾਨਕ ਪਾਤਸ਼ਾਹ ਦੇਖਦੇ ਆ। ਮੈਂ ਇੱਕ ਗੱਲ ਜਾਣਦਾ, ਗੁਰੂ ਦੇ ਸਿੰਘ ਆ, ਅੜੇ ਹਾਂ, ਡਟੇ ਹਾਂ, ਖੜ੍ਹੇ ਹਾਂ। ਇਹ ਪ੍ਰੋਡਕਟ ਜਿਹੜੇ ਦਿੱਤੇ ਆ ਨਾ, ਇਹ ਤੁਹਾਨੂੰ ਆਮ ਦੁਕਾਨਾਂ ਤੋਂ ਨਹੀਂ ਮਿਲਣੇ। ਅੱਛਾ ਹਾਂ, ਜਿਹੜੀਆਂ ਆਹ ਚੀਜ਼ਾਂ ਵੀ ਤੁਹਾਨੂੰ ਦੱਸਤੀਆਂ, ਹਾਂਜੀ, ਨਾ ਇਹ ਬੈਰੀ ਮਿਲੇ ਆਮ ਦੁਕਾਨ, ਹਾਂ ਬਾਜ਼ਾਰ 'ਚ ਆਉਂਦੀ ਹੈ ਕੰਪਨੀ ਦੀ 3100 ਰੁਪਏ ਦੀ ਬੋਤਲ ਆ, ਆਪਣੇ ਅੱਧੇ ਮੁੱਲ ਦੀ ਆ, ਆਪਣੇ ਅੱਧੇ ਮੁੱਲ ਦੀ ਆ। ਹਾਂਜੀ ਠੀਕ ਹੈ, ਬਾਜ਼ਾਰ 'ਚ ਆਉਂਦੇ ਨੇ ਪ੍ਰੋਡਕਟ ਇਹਦਾ ਨਾਲ ਦੇ, ਤੁਸੀਂ ਔਨਲਾਈਨ ਸਰਚ ਮਾਰ ਲਓ, ਨਕਲੀ ਆ ਜਾਣਗੇ। ਪਰ ਕੱਲ੍ਹ ਨੂੰ ਅਗਲਾ ਜ਼ਿੰਮੇਵਾਰ ਨਹੀਂ ਹੈ, ਆਹ ਪ੍ਰੋਡਕਟ ਤੁਹਾਨੂੰ ਬਾਜ਼ਾਰ 'ਚੋਂ ਨਹੀਂ ਮਿਲਣਾ, ਕਿਤੋਂ ਵੀ ਜਾੜੋਗੇ ਯਾਰ ਵੀ ਮੈਨੂੰ ਕਿਸੇ ਦੁਕਾਨ 'ਤੇ ਚਲੇ ਜਾਓ। ਠੀਕ ਹੈ, ਜੇ ਕਿਸੇ ਵੱਡੀ ਕੰਪਨੀ ਦਾ ਆਉਂਦਾ ਹੋਵੇ ਤਾਂ ਮੈਨੂੰ ਪਤਾ ਨਹੀਂ, ਪਰ ਜਿਹੜਾ ਪ੍ਰੋਡਕਟ ਅਸੀਂ ਲੈ ਕੇ ਆਏ ਹਾਂ ਇਹਦੇ ਨਾਲ ਮੋਨੋਪੋਲੀ ਕਰਾਂਗੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ। ਸਿੱਧਾ ਮੈਨੂਫੈਕਚਰਰ ਜਿਹੜੇ ਆ ਬਈ ਉਹ ਜ਼ਿੰਮੇਵਾਰ ਨੇ, ਸਿੱਧਾ ਕਹਿ ਦਈਏ। ਮੈਂ ਕਹਿੰਦਾ ਵੀ ਹਰ ਚੀਜ਼ ਦੇ ਉੱਤੇ ਦੇਖੋ, ਤੁਸੀਂ ਜਿਹੜੀ ਪ੍ਰੋਡਕਟ ਦੇ ਉੱਤੇ ਲਿਖਿਆ ਸਪੈਸ਼ਲ, ਹਾਂਜੀ ਦੇਖੋ ਸਾਰਾ ਕੁਛ ਉਹਦੇ ਉੱਤੇ ਪ੍ਰੋਡਕਟ ਦੇ ਉੱਤੇ ਲਿਖਿਆ ਹੋਇਆ, ਮੈਨੂਫੈਕਚਰ ਬਾਏ ਸਭ ਕੁਛ। ਹਾਂਜੀ ਅਸੀਂ ਕੋਈ ਇੱਦਾਂ ਨਹੀਂ ਕਿ ਇੱਥੋਂ ਪ੍ਰੋਡਕਟ ਚੱਕਿਆ ਤੇ ਬਣਾਤਾ। ਹਾਂਜੀ 17 ਸਾਲ ਲੱਗੇ ਇੱਥੋਂ ਤੱਕ ਆਉਣ ਲੱਗਿਆ, ਅਗਲਾ ਜਿਹੜਾ ਪੰਧ ਹੈ ਹੁਣ ਅੱਗੇ ਗੁਰੂ ਮਹਾਰਾਜ ਕਿਰਪਾ ਕਰਨ, ਹੁਣ ਤਾਂ ਪੂਰਾ ਇੰਡੀਆ ਦੇ ਵਿੱਚ ਜਾਣਾ ਵਾ। ਤਾਂ ਲਓ ਵੀ ਮਿੱਤਰੋ, ਜੇ ਤੁਸੀਂ ਇਹ ਮੰਗਾਉਣਾ ਚਾਹੁੰਦੇ ਆ ਭਾਈ, ਹੈ ਨੰਬਰ ਸਕਰੀਨ 'ਤੇ ਦਿੱਤੇ ਆ, ਵਟਸਐਪ 'ਤੇ ਕਾਲਿੰਗ ਉਸ ਨੰਬਰ 'ਤੇ ਹੈਗੀ ਆ ਬਾਈ, ਉਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੈ। ਬਾਕੀ ਚੀਜ਼ ਘੈਂਟ ਆ, ਪਤਾ ਨਹੀਂ ਲੱਗਿਆ, ਲਾਈ ਸਮੈਲ ਲੈ ਕੇ ਦੇਖ ਲਓ, ਨਹੀਂ ਸਿਰਾ ਚੀਜ਼ ਆ ਜੀ। ਨਹੀਂ ਮੰਨ ਲਓ ਜਿਹੜੀ ਇਹ ਚੀਜ਼ ਗਾਹਕ ਬੋਲੂਗਾ, ਆਪਾਂ ਅੱਜ ਘਰ ਆਏ ਸੀ ਜਿਹਨਾਂ ਦੇ ਬੋਟਲ, ਅਗਲਾ ਬੋਲਿਆ ਆਪਾਂ ਅਗਲੇ ਨੂੰ ਕੁਝ ਦਿੱਤਾ ਤਾਂ ਨਹੀਂ, ਅਗਲੇ ਨੂੰ ਕੁਛ ਇਹ ਤਾਂ ਨਹੀਂ ਕਿ ਯਾਰ ਤੂੰ ਦੱਸਦੀ ਤੂੰ ਇੱਦਾਂ ਕਰਦੀ, ਇਹ ਤਾਂ ਨਹੀਂ ਗੱਲ, ਆਪਣੇ ਆਪ ਹੀ ਪ੍ਰਤੱਖ ਨੂੰ ਪ੍ਰਵਾਨ ਦੀ ਲੋੜ ਨਹੀਂ ਬਸ। ਬਿਲਕੁਲ ਜੀ। ਔਰ ਜੇਕਰ ਸਾਡੇ ਪੰਜਾਬੀ ਚਾਹੁੰਦੇ ਆ, ਅਸੀਂ ਪਹਿਲਾਂ ਵੀ ਝੰਡੇ ਗੱਡੇ, ਝੰਡੇ ਹੁਣ ਵੀ ਗੱਡਾਂਗੇ। ਗੁਰੂ ਕਿਰਪਾ ਕਰੇ, ਆਉਣ ਵਾਲਾ ਸਮਾਂ ਸੋਸ਼ਲ ਮੀਡੀਆ ਨੂੰ ਵਰਤ ਰਹੇ ਹੋ, ਹਰ ਬੰਦਾ ਬਿਜ਼ਨਸਮੈਨ ਬਣੂਗਾ। ਜਿਹੜਾ ਹੁਣ ਕੈਨੇਡਾ ਅਮਰੀਕਾ ਜਾਣ ਦਾ ਚਾਹ ਸੀ ਉਹ ਵੀ ਥੋੜ੍ਹਾ ਜਿਹਾ ਘੱਟਦਾ ਜਾਂਦਾ, ਅਤੇ ਹੁਣ ਜੇ ਤੁਸੀਂ ਪੰਜਾਬ 'ਚ ਰਹਿ ਕੇ ਪੰਜਾਬ ਨੂੰ ਕੈਨੇਡਾ ਬਣਾਉਣਾ, ਪੰਜਾਬ ਨੂੰ ਤੁਸੀਂ ਕੈਨੇਡਾ ਬਣਾਓਗੇ ਪੰਜਾਬੀਓ, ਤੁਹਾਨੂੰ ਜਾਗਣ ਦੀ ਲੋੜ ਹੈ, ਤੁਹਾਨੂੰ ਆਪਣੇ ਦੇ ਬਗਾਨਿਆਂ ਨੂੰ ਪਛਾਣਨ ਦੀ ਲੋੜ ਹੈ। ਜਿੱਦੇ ਪਛਾਣ ਲਿਆ, ਇਹ ਪੰਜਾਬ ਗੁਰੂਆਂ ਦੇ ਨਾਂ 'ਤੇ ਖੜਾ, ਇਹਨੂੰ ਕੋਈ ਹਿਲਾ ਨਹੀਂ ਸਕਿਆ ਅਤੇ ਨਾ ਕੋਈ ਹਿਲਾਵੇ।
ਵਪਾਰ ਦੇ ਉੱਤੇ ਕਰਾਂਗੇ ਹੁਣ ਗੁਰੂ ਦੀ ਕਿਰਪਾ ਨਾਲ ਸਾਰਾ ਸੈਟਅਪ, ਹੁਣ ਦੁਕਾਨਾਂ 'ਤੇ ਲਾ ਦੇਵਾਂਗੇ ਬੋਰਡ ਕਿਸਾਨ ਹੱਟ 13-13 ਦੇ ਲਓ ਜੀ, ਅਤੇ ਬਾਕੀ ਜਿੰਨੀ ਸਾਡੀ ਲੋੜ ਆ ਬਾਈ ਅਸੀਂ ਨਾਲ ਖੜੇ ਹਾਂ ਬਾਈ ਉਹਨਾਂ ਦੇ, ਅਤੇ ਰਹਿੰਦੀਆਂ ਗੱਲਾਂ ਤੁਸੀਂ ਬਾਈ ਨਾਲ ਫੋਨ 'ਤੇ ਕਰ ਸਕਦੇ ਹਾਂ, ਅੱਜ ਕੱਲ੍ਹ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ, ਤੁਹਾਡੇ ਕੰਮ ਵੀ ਆਵੇ ਅਤੇ ਬਾਈ ਉਹਨਾਂ ਦੇ ਕੰਮ ਆਵੇ, ਅਤੇ ਬਾਈ ਤੁਹਾਡਾ ਅਤੇ ਬਾਈ ਜੀ ਤੁਹਾਡਾ ਜੀ ਸਮਾਂ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਧੰਨਵਾਦ ਜੀ, ਤੁਸੀਂ ਆ ਕੇ ਦੁਬਾਰਾ ਠੀਕ ਹੈ, ਨਾਲੇ ਬਿਜ਼ਨਸ ਹੈ, ਨਾਲੇ ਕਹਿੰਦੇ ਪੁੰਨ ਨਾਲੇ ਫਲੀਆਂ, ਦੇਖੋ ਸਾਡੇ ਇਹਨੂੰ ਕਹਿੰਦੇ ਕਿਰਤ, ਹਾਂਜੀ ਤੁਸੀਂ ਕਿਰਤ ਕਿਸੇ ਵੀ ਤਰ੍ਹਾਂ ਦੀ ਕਰਦੇ ਹੋ, ਉੱਦਮ ਕਰੇਂਦਿਆਂ ਜੀਓ ਦੂ ਕਮਾਉਂਦਿਆਂ ਸੁੱਖ ਪੁੰਚ ਮਹਾਰਾਜ ਦੀ ਬਾਣੀ ਕਹਿੰਦੀ ਆ ਕਿਰਤ ਆ, ਦੇਖੋ ਕਿਰਤ ਜਦੋਂ ਕਰੋਗੇ, ਜਦੋਂ ਚੱਲੋਗੇ, ਜਦੋਂ ਡਿੱਗੋਗੇ ਵੀ, ਉੱਠੋਗੇ ਵੀ, ਸਾਰਾ ਕੁਛ ਹੁੰਦਾ, ਪਰ ਇਹ ਬੰਦੇ ਦੀ ਨੀਅਤ ਨਹੀਂ ਮਾੜੀ ਹੋਣੀ ਚਾਹੀਦੀ, ਨੀਤੀ ਨਹੀਂ ਮਾੜੀ ਹੋਣੀ ਚਾਹੀਦੀ, ਨੇਤਾ ਆਪੇ ਬਣਾਊ ਰੱਬ, ਬਾਕੀ ਗੱਲ ਹੈ ਜਵਾਬ ਦੇ ਤਾਂ ਰੱਬ ਨੂੰ ਆ, ਹਿਸਾਬ ਤਾਂ ਉਹਨੇ ਰੱਖਣਾ, ਜਿੱਦਾਂ ਦਾ ਬੰਦਾ ਕੋਈ ਕਰਮ ਕਰਦਾ, ਦਾਦਾ ਦੋਸ਼ ਨਾ ਦੇਊ ਕਿੱਸਾ, ਦੋਸ਼ ਕਰਮ ਆਪਣੇ, ਜੋ ਮੈਂ ਕੀ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਵਰ ਜਾਣਾ, ਕਿਸੇ ਦਾ ਦੋਸ਼ ਨਹੀਂ, ਤੇ ਸਾਡੇ ਜਿਹੜੇ ਹਿੱਟਰ ਨੇ ਉਹਨਾਂ ਦਾ ਵੀ ਧੰਨਵਾਦ, ਜਿਹਨਾਂ ਕਰਕੇ ਅਸੀਂ ਜ਼ਿਆਦਾ ਵੀਡੀਓ ਪਾਉਣ ਲੱਗੇ, ਸਾਰਿਆਂ ਧੰਨਵਾਦ ਜੀ, ਥੈਂਕ ਯੂ, ਲਓ ਜੀ ਬਣ ਗਈ।